ਸਰਵਨ ਸਿੰਘ ਭੰਦੇਰ ਦਾ ਬਿਆਨ ਸੁਣ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਇਜਲਾਸ ਦੇ ਵਿੱਚ ਜਿਹੜਾ ਅਜੇ ਮਿਸ਼ਰਾ ਹੈ ਕੇਂਦਰੀ ਗ੍ਰਹਿ ਮੰਤਰੀ ਹੈ ਰਾਜ ਮੰਤਰੀ ਉਸ ਨੂੰ ਨਹੀਂ ਬੈਠਣ ਦੇਣਾ ਚਾਹੀਦਾ 120 ਬੀ ਦਾ ਪਰਚਾ ਦਰਜ ਹੈ ਉਹਦੇ ਉੱਤੇ ਇਸ ਕਰਕੇ ਉਹਨੂੰ ਅੱਜ ਦੇ ਸੰਸਦ ਦੇ ਵਿੱਚ ਜਿਹੜਾ ਨਹੀਂ ਬੈਠਣ ਦੇਣਾ ਚਾਹੀਦਾ ਵੀ ਵੱਡੀ ਮੰਗ ਰੱਖ ਦਿੱਤੀ ਗਈ ਹੈ ਸਰਵਨ ਸਿੰਘ ਭੰਦੇਰ ਦੀ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਹੋਈ ਹੈ ਆਪਣੀ ਉਹਦੇ ਵੱਲੋਂ ਲੋਕਾਂ ਨੂੰ ਫੜਨ ਵਾਸਤੇ ਤਾਂ ਘਰ ਦੇ ਬੱਚੇ ਚੱਕ ਲਿਆਉਂਦੇ ਨੇ ਪੁਲਿਸ ਵਾਲੇ ਤੇ ਉਹ ਜੇ ਉੱਥੇ ਬੈਠੇਗਾ ਤਾਂ ਯੂਪੀ ਦੀ ਪੁਲਿਸ ਤੇ ਸਵਾਲ ਉੱਠਣਗੇ ਬਿਲਕੁਲ ਯੂਪੀ ਦੀ ਜਾਂ ਦਿੱਲੀ ਦੀ ਪੁਲਿਸ ਜਿਹੜੀ ਕੇਂਦਰ ਸਰਕਾਰ ਦੇ ਅਧੀਨ ਹੀ ਆ ਨਾ ਇਹਨੂੰ ਅਜੇ ਮਿਸ਼ਰਾ ਨੂੰ ਫੜ ਕੇ ਯੂਪੀ ਪੁਲਿਸ ਦੇ ਹਵਾਲੇ ਕਰ ਦੇ ਇਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਉੱਤੇ ਬੈਠੀ ਹੈ ਉਹਨੂੰ ਟਿੱਪਣੀ ਕਰਨੀ ਚਾਹੀਦੀ ਹੈ ਉਹਨੂੰ ਹੁਕਮ ਦੇਣਾ ਚਾਹੀਦਾ ਕਿ ਫੜੋ ਇਹਨੂੰ ਸੋ ਇਹ ਉਹਨਾਂ ਦੀ ਮੰਗ ਜਾਇਜ਼ ਹੈ ਉਹਨਾਂ ਨੇ ਇਹ ਜਿਹੜੀਆਂ ਹੋਰ ਮੰਗਾਂ ਰੱਖੀਆਂ ਨੇ ਮੈਂ ਭੁੱਲ ਗਿਆ ਉਹਦੇ ਵਿੱਚ ਇਹ ਲਖੀਮਪੁਰ ਖੀਰੀ ਵਾਲੀ ਵੀ ਜਿਹੜੀ ਮੰਗ ਹੈ ਉਹ ਰੱਖੀ ਹੋਈ ਹੈ ਕਿ ਇਹਦੇ 'ਚ ਸਾਨੂੰ ਇਨਸਾਫ ਮਿਲੇ ਜਿਹੜਾ ਐਨ ਵੀ ਰਮੰਨਾ ਸਾਡੇ ਮੁੱਖ ਜੱਜ ਸਾਹਿਬ ਨੇ ਉਹ ਬੜੀਆਂ ਟਿੱਪਣੀਆਂ ਅੱਜ ਕੱਲ੍ਹ ਸਖ਼ਤ ਕਰ ਰਹੇ ਨੇ ਉਹਦੇ ਵਿੱਚ ਇੱਕ ਟਿੱਪਣੀ ਉਹਨਾਂ ਦੀ ਇਹ ਵੀ ਹੈ ਕਿ ਹੁਣ ਕੇਸਾਂ ਨੂੰ ਸਮਾਬੱਧ ਕਰਨ ਦਾ ਸਮਾਂ ਆ ਗਿਆ ਇੱਥੇ ਦਾਦਾ ਲੜਦਾ ਕਈ ਵਾਰੀ ਪੜਪੋਤਾ ਉਹਨੂੰ ਲੜੀ ਜਾਂਦਾ ਹੈਗਾ ਵਾਕਈ ਇਹਦੇ ਵਿੱਚ ਜਿੰਨੀ ਕੁ ਚੀਜ਼ ਦੀ ਜ਼ਰੂਰਤ ਹੈ ਇਹਨੂੰ ਸਮਾਬੱਧ ਕੀਤਾ ਜਾਵੇ ਇੱਕ ਵਾਰ ਵਾਰ ਜਿਹੜੇ ਲੋਕ ਵਕੀਲ ਅਰਜ਼ੀਆਂ ਪਾ ਕੇ ਇਹਨੂੰ ਗਾਹਾਂ ਵਧਾਈ ਜਾਂਦੇ ਨੇ ਜਦੋਂ ਇਹ ਸਮਾਬੱਧ ਹੋ ਗਿਆ ਤਾਂ ਉਸ ਸਮੇਂ ਦੇ ਵਿੱਚ ਫਿਰ ਇਹ ਕੇਸ ਜਿਵੇਂ ਕਤਲ ਦਾ ਕੇਸ ਆ ਉਹਦੇ ਵਾਸਤੇ ਸਾਲ ਕਰ ਦਿੱਤਾ ਜਾਵੇ ਵਿਦਨ ਈਅਰ ਇੱਥੇ ਚਾਰ ਬੰਦੇ ਮਰੇ ਆ ਇਹ 6 ਮਹੀਨਿਆਂ 'ਚ ਕਰਨਾ ਚਾਹੀਦਾ ਸੀਗਾ ਔਰ ਜਿਹੜੀ ਉਹਨਾਂ ਦੀ ਮੰਗ ਹੈ ਉਹ ਜਾਇਜ਼ ਹੈ ਇਹ ਜਿਹੜਾ ਮੂੰਹ ਪਾਟਿਆ ਆਗੂ ਹੈ ਅਜੇ ਮਿਸ਼ਰਾ ਉਹਨੂੰ ਤੁਰੰਤ ਬਰਖਾਸਤ ਵੀ ਸਰਕਾਰ 'ਚੋਂ ਕਰਨਾ ਚਾਹੀਦਾ ਜੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇੱਕ ਦੋਸ਼ ਲੱਗੇ ਸਨ ਮੰਤਰੀ ਹੁੰਦੇ ਸੀਗੇ ਪੰਜਾਬ ਦੇ ਵਿੱਚ ਅਕਾਲੀ ਗੌਰਮੈਂਟ ਵੇਲੇ ਗੁਰਜਾਰ ਸਿੰਘ ਰਣੀ ਗਏ ਉਹਨਾਂ 'ਤੇ ਇਲਜ਼ਾਮ ਲੱਗੇ ਤਾਂ ਬਾਦਲ ਸਾਹਿਬ ਨੂੰ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਸੀ ਬਾਅਦ ਦੇ ਵਿੱਚ ਜਦੋਂ ਦੋਸ਼ ਮੁਕਤ ਹੋ ਗਏ ਉਹਨਾਂ ਨੂੰ ਦੁਬਾਰਾ ਵੀ ਮੁੱਖ ਮੰਤਰੀ ਆਪਣਾ ਮੰਤਰੀ ਮੰਡਲ 'ਚ ਸ਼ਾਮਿਲ ਕਰ ਲਿਆ ਗਿਆ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਇੱਥੇ ਵੀ ਇਹੀ ਹੈ ਜੇ ਅਜੇ ਮਿਸ਼ਰਾ ਦੋਸ਼ ਮੁਕਤ ਹੋ ਜਾਂਦਾ ਹੈ ਅਦਾਲਤਾਂ 'ਚੋਂ ਇਹ ਛੋਟਾ ਕੰਮ ਨਹੀਂ ਜੇ ਹੇਠਲੀ ਅਦਾਲਤ ਨੇ ਮੰਨ ਲਓ ਦੋਸ਼ ਮੁਕਤ ਕਰਤਾ ਤਾਂ ਦੂਜੀ ਧਿਰ ਨੇ ਹਾਈਕੋਰਟ ਜਾਣਾ ਹੀ ਜਾਣਾ ਹੈ ਹਾਈਕੋਰਟ ਨੇ ਵੀ ਕਰਤਾ ਤਾਂ ਉਹਨਾਂ ਨੇ ਸੁਪਰੀਮ ਕੋਰਟ ਤੱਕ ਜਾਣਾ ਹੀ ਜਾਣਾ ਹੈਗਾ ਸੋ ਤੁਰੰਤ ਇਸ ਬੰਦੇ ਨੂੰ ਮੰਤਰੀ ਮੰਡਲ 'ਚੋਂ ਬਿਲਕੁਲ ਠੀਕ ਕਹਿੰਦੇ ਨੇ ਇਹਨੂੰ ਨਹੀਂ ਬਿਠਾਉਣਾ ਚਾਹੀਦਾ ਜੀ ਟਿੱਲੋ ਸਾਹਿਬ ਨਾਲ ਹੀ ਤੁਸੀਂ ਗੱਲ ਕੀਤੀ ਹੈ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ ਤਾਂ ਸੁਪਰੀਮ ਕੋਰਟ ਵੱਲੋਂ ਸੰਸਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਜੋ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਸੁਪਰੀਮ ਕੋਰਟ ਵੱਲੋਂ ਕਿਹਾ ਜਾ ਰਿਹਾ ਕੱਲ੍ਹ ਵੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਕਾਨੂੰਨ ਘਾੜੇ ਨੇ ਕਾਨੂੰਨ ਸਾਜ਼ ਨੇ ਉਹਨਾਂ ਨੂੰ ਸੋਚ ਵਿਚਾਰ ਕੇ ਕਾਨੂੰਨ ਬਣਾਉਣੇ ਚਾਹੀਦੇ ਨੇ ਉਹਨਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਪਹਿਲਾਂ ਇਕੱਠੀ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਪ੍ਰਭਾਵ ਪੈ ਸਕਦੇ ਨੇ ਇਹਦੇ ਅਤੇ ਇਸੇ ਦੇ ਚੱਲਦਿਆਂ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕਾਫੀ ਫਿਕਰਮੰਦ ਨਜ਼ਰ ਆ ਰਹੀਆਂ ਨੇ ਇਹਦੇ ਵਿੱਚ ਸਭ ਤੋਂ ਵੱਧ ਫਿਕਰ ਦੀ ਗੱਲ ਇਹ ਹੈ ਕਿ ਜਿਹੜੇ ਰਾਜ ਸਭਾ ਚਲਾਉਣ ਭਾਵੇਂ ਲੋਕ ਸਭਾ ਚਲਾਉਣ ਸਪੀਕਰ ਸਾਹਿਬ ਜਿਵੇਂ ਉਪ ਰਾਸ਼ਟਰਪਤੀ ਸਾਹਿਬ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਵੈਂਕਈਆ ਨਾਇਡੂ ਜੀ ਨੇ ਤਾਂ ਸਾਰੀਆਂ ਰਾਜਸੀ ਪਾਰਟੀਆਂ ਨੇ ਇਸ ਗੱਲ 'ਤੇ ਫਿਕਰ ਜਤਾਇਆ ਕਿ ਜੇ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜੇ ਕਾਨੂੰਨ ਘਾੜੇ ਨੇ ਕਾਨੂੰਨ ਘਾੜੇ ਤਾਂ ਆਹੀ ਆ ਨਾ ਜਿਵੇਂ ਆਹ ਕਾਨੂੰਨ ਖੇਤੀਬਾੜੀ ਵਾਲਾ ਬਣਾਇਆ ਕਿਸੇ ਨੇ ਇਹਦੇ 'ਤੇ ਟਿੱਪਣੀ ਨਹੀਂ ਕੀਤੀ ਕਿਸੇ ਨੇ ਇਹਦੇ 'ਤੇ ਬਹਿਸ ਨਹੀਂ ਕਰਾਈ ਜਵਾਨੀ ਵੋਟਾਂ ਨਾਲ ਕਿਸੇ ਥਾਂ ਦੇ ਉੱਤੇ ਧੱਕੇਸ਼ਾਹੀ ਵਰਤ ਕੇ ਇਹ ਕੀਤਾ ਗਿਆ ਇਸ 'ਤੇ ਮਾਨਯੋਗ ਸੁਪਰੀਮ ਕੋਰਟ ਇਸ ਰੋਸ਼ਨੀ ਦੇ ਵਿੱਚ ਇਹ ਸਾਰਾ ਕੁਛ ਕੀਤਾ ਸੋ ਇਹ ਆਪਣੇ ਆਪ ਦੇ ਵਿੱਚ ਅਹਿਮ ਹੈ ਉਹਦੇ ਵਿੱਚ ਜਿਹੜੀਆਂ ਇਹ ਕਾਨੂੰਨ ਘਾੜੇ ਨੇ ਜਿਹੜੇ ਬਣਾਉਂਦੇ ਨੇ ਜਦੋਂ ਲੋਕ ਸਭਾ ਰਾਜ ਸਭਾ ਜਾਂ ਵਿਧਾਨ ਸਭਾਵਾਂ ਦੇ ਵਿੱਚ ਸਹੀ ਤਰੀਕੇ ਨਾਲ ਕਿਸੇ ਮੁੱਦੇ 'ਤੇ ਬਹਿਸ ਨਹੀਂ ਹੁੰਦੀ ਜਿਹਦੇ ਕੋਲ ਬਹੁਮਤ ਹੁੰਦਾ ਹੈਗਾ ਉਹ ਆਪਣੀ ਵੀਟੋ ਪਾਵਰ ਵਰਤ ਕੇ ਇਹਨੂੰ ਪਾਸ ਕਰ ਲੈਂਦਾ ਹੈਗਾ ਉਹ ਫਿਰ ਇੱਕ ਤਰਫਾ ਹੋ ਜਾਂਦੇ ਹੈ ਇਹ ਟਿੱਪਣੀ ਇਸ ਰੋਸ਼ਨੀ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹੈ ਇਸ ਕਰਕੇ ਇਹਦੇ 'ਤੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਰਾਜਸੀ ਧਿਰਾਂ ਦੇ ਕੁਝ ਆਗੂ ਇਸੇ ਗੱਲ ਨੂੰ ਚਿੰਤਾ 'ਚ ਲੈ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਇਹਨੂੰ ਸਹੀ ਦਿਸ਼ਾ 'ਚ ਸਾਨੂੰ ਲਿਜਾਣ ਦੀ ਜ਼ਰੂਰਤ ਹੈ T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਅਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ
ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।